ਸਟਰੀਟ ਰੋਡ ਦੇ ਪਿੱਲਰ ਨੰਬਰ 100 ਤੇ 101 ਦੇ ਸਾਹਮਣੇ ਲਗਾ ਕੂੜੇ ਦਾ ਡੰਪ ਇਲਾਕਾ ਵਾਸੀਆਂ ਤੇ ਇੱਥੋਂ ਦੇ ਫੈਕਟਰੀ ਮਾਲਕਾਂ ਲਈ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਇਹਨਾਂ ਲੋਕਾਂ ਦਾ ਆਖਣਾ ਹੈ ਕਿ ਇੱਥੇ ਕੂੜੇ ਦਾ ਪੱਕਾ ਡੰਪ ਲੱਗ ਜਾਣ ਕਾਰਨ ਹਰ ਵੇਲੇ ਕੂੜੇ ਦੀ ਬਦਬੂ ਕਾਰਨ ਇੱਥੇ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ। ਹਰ ਸਵੇਰੇ ਨਗਰ ਨਿਗਮ ਦੀਆਂ ਗੱਡੀਆਂ ਤੇ ਕੂੜੇ ਨੂੰ ਲੋਡ ਅਨਲੋਡ ਕਰਦੀਆਂ ਹਨ, ਜਿਸ ਨਾਲ ਵੀ ਲੋਕਾਂ ਨੂੰ ਕਾਫੀ ਮੁਸ਼ਕਿਲ ਹੁੰਦੀ ਹੈ। ਉਸ ਤੇ ਸੜਕ ਤੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਰਿਹਾ ਹੈ। ਲੋਕਾਂ ਨੇ ਨਗਰ ਨਿਗਮ ਪਾਸੋਂ ਇੱਕ ਵਾਰ ਫੇਰ ਮੰਗ ਕੀਤੀ ਹੈ ਕਿ ਇੱਥੇ ਕੂੜੇ ਦਾ ਇਹ ਡੰਪ ਚੁਕਾਇਆ ਜਾਏ ਤਾਂ ਜੋ ਲੋਕਾਂ ਨੂੰ ਪੇਸ਼ ਮੁਸ਼ਕਿਲਾਂ ਦਾ ਹੱਲ ਹੋ ਸਕੇ। ਬਟਾਲਾ ਰੋਡ 100 ਨੰਬਰ ਪਿੱਲਰ ਦੇ ਬਿਲਕੁਲ ਸਾਹਮਣੇ ਹੈ ਜੀ। ਇਹਨਾਂ ਨੂੰ 1000 ਵਾਰੀ ਰਿਕੁਐਸਟ ਕਰ ਚੁੱਕੇ ਹਾਂ ਸਵੇਰੇ ਆਮ ਜਦੋਂ ਫੈਕਟਰੀ ਆਈ ਦਾ ਪਹਿਲਾਂ ਰਿਕੁਐਸਟ ਕਰੀ ਦੀ ਹੈ ਵੀ ਮਹਾਰਾਜ ਹੱਥ ਜੋੜੇ ਇੱਥੇ ਗੰਦ ਨਾ ਪਾਓ। ਸਵੇਰੇ 100 ਗੱਡੀ ਲਾਈਨ 'ਤੇ ਲੱਗੀ ਹੁੰਦੀ ਜੀ ਇੱਥੇ ਰੋਜ਼ ਪੱਕਾ ਜੀ 100% ਹੈ। ਪਹਿਲੇ ਇੱਥੇ ਸੀ, ਫਿਰ ਅਜੇ ਜੀ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਮੈਂ ਦੂਰ ਲੈ ਜਾਂਦਾ, ਫਿਰ ਪਿੱਛੇ ਚਲੇ ਗਏ, ਫਿਰ ਵਾਪਸ ਆ ਗਏ ਇੱਥੇ ਅਤੇ ਪਿਛਲੇ 15 ਦਿਨਾਂ ਤੋਂ ਰੋਜ਼ ਹੱਥ ਜੋੜ ਕੇ ਜਾ ਰਹੇ ਇਹਨਾਂ ਨੂੰ ਵੀ ਸਰ ਇੱਥੇ ਗੰਦ ਨਾ ਪਾਓ, ਸਾਡਾ ਲੰਘਣਾ ਆਉਣਾ ਜਾਣਾ ਮੁਸ਼ਕਿਲ ਹੈ। ਸਰ ਸਾਰਾ ਇੱਥੇ ਸਾਰਾ ਦਿਨ ਹੀ ਗੰਦ ਪਿਆ ਰਹਿੰਦਾ, ਤੁਸੀਂ ਆਲੇ ਦੁਆਲੇ ਸਾਰੇ ਬੰਦੇ ਦੇਖੋ ਵੀ ਇੱਥੇ ਲੰਘਿਆ ਨਹੀਂ ਜਾਂਦਾ, ਇੰਨੀ ਸਮੈਲ ਹੁੰਦੀ ਹੈ ਸਵੇਰੇ ਸਵੇਰੇ। ਸਰ ਡਿਮਾਂਡ ਸਫਾਈ ਹੈ ਵੀ ਜਿੱਥੇ ਸਾਰੀ ਦੁਨੀਆ ਇਸ ਵੇਲੇ ਵਾਇਰਸ ਨਾਲ ਕਿਤੇ ਕਰੋਨਾ ਨਾਲ ਕਿਸੇ ਹੋਰ ਡਿਸੀਜ਼ ਨਾਲ ਤੰਗ ਹੋ ਰਹੇ ਨੇ, ਉੱਥੇ ਅਸੀਂ ਇਹਨਾਂ ਨੂੰ ਹੱਥ ਜੋੜ ਰਹੇ ਵੀ ਸਰ ਸਾਡੇ ਸਿਹਤਾਂ ਦਾ ਧਿਆਨ ਰੱਖੋ, ਆਮ ਪਬਲਿਕ ਦੀ ਲੋਕਾਂ ਦੀ ਜੋ ਵੀ ਮੁਸ਼ਕਿਲ ਆ ਉਹਨੂੰ ਤੁਸੀਂ ਹੱਲ ਕਰੋ। ਲੋਕਾਂ ਨੂੰ ਮੁਸ਼ਕਿਲ ਆ ਬਹੁਤ, ਸਵੇਰੇ ਅਸੀਂ ਗੱਡੀ ਲਿਆਉਂਦੇ ਹਾਂ, ਸਾਡੇ ਤਾਂ ਲੰਘਣਾ ਸਰ ਅਸਾਂ ਇਸ ਤਰ੍ਹਾਂ ਲੱਗਿਆ ਹੁੰਦਾ ਜਿਸ ਤਰ੍ਹਾਂ ਕਿਸੇ ਸ਼ੋਰੂਮ 'ਚ ਚੱਲ ਜਾਣਾ, ਗੱਡੀਆਂ ਦੀ ਲਾਈਨ ਲੱਗੀ ਹੁੰਦੀ ਆ, ਉਹ ਇਸ ਤਰ੍ਹਾਂ ਗੱਡੀਆਂ ਲਾਈਨ ਲਾ ਕੇ ਰੱਖਦੇ। ਪੱਕਾ ਲੱਗ ਗਿਆ ਜੀ ਇੱਥੋਂ ਤੋਂ ਲੈ ਕੇ ਤੇ ਇੱਥੋਂ, ਮੇਰਾ ਖਿਆਲ ਹੈ ਸਾਰਾ ਅੱਗੇ ਫਰੰਟ ਹੀ ਹੋ ਗਿਆ, ਇੱਥੋਂ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਔਰ ਇੰਨੀ ਸਮੈਲ ਲੱਗੀ ਹੈ ਕਿ ਖਲੋਣਾ ਮੁਸ਼ਕਿਲ ਹੋ ਗਿਆ। ਸਾਰਾ ਪਾਣੀ ਇਕੱਠਾ ਹੋ ਰਿਹਾ, ਦੇਖੋ ਤੁਸੀਂ ਹਾਲ, ਤੁਸੀਂ ਆਪਣੇ ਸਾਹਮਣੇ ਦੇਖੋ, ਇੱਧਰ ਫੋਟੋ ਲਵੋ, ਦੇਖੋ ਕੀ ਹਾਲ ਹੋ ਗਿਆ। ਸਰ ਬਿਲਕੁਲ ਗੰਦਗੀ ਨਾਲ ਹੀ ਤਾਂ ਬਿਮਾਰੀ ਫੈਲਦੀ ਹੈ, ਜਿੰਨੀ ਕੋਈ ਗੰਦਗੀ ਇਹਨਾਂ ਨੇ ਇੱਥੇ ਪਾਈ ਹੋਈ ਆ, ਸਾਡਾ ਤਾਂ ਖਲੋਣਾ ਆਉਣਾ ਜਾਣਾ ਮੁਸ਼ਕਿਲ ਕੀਤਾ ਹੈ ਜੀ। ਪੱਕਾ ਹੀ ਲੱਗ ਗਿਆ ਜੀ, ਪਹਿਲੇ ਵੀ ਕਿਹਾ ਇਹਨਾਂ ਨੂੰ 200 ਵਾਰੀ ਰਿਕੁਐਸਟ ਕੀਤੀ ਹੈ, ਪਹਿਲੇ ਇੱਥੋਂ ਮੂਵ ਕਰਕੇ ਸੀ, ਫਿਰ ਦੁਬਾਰਾ ਆ ਗਏ ਜੀ ਇੱਥੇ ਸਾਰੇ। ਇੱਥੇ ਕੀ ਹੈ ਜੀ, ਵੱਡਾ ਟਰੱਕ ਖੜਾ ਹੋ ਜਾਂਦਾ ਆ ਕੇ ਅਤੇ ਸਵੇਰੇ ਜਿਹੜੇ ਸ਼ਹਿਰ ਦੀਆਂ ਜਿੰਨੀਆਂ ਕੋਈ ਟਰਾਲੀਆਂ ਛੋਟੀਆਂ ਛੋਟੀਆਂ ਜਿਹੜੇ ਟੈਂਪੂ ਉਹ ਆ ਕੇ ਖੜੇ ਹੋ ਜਾਂਦੇ, ਉਹ ਇੱਥੇ ਲੋਡਿੰਗ ਕਰਦੇ ਉਹਦੇ ਵਿੱਚ ਅਤੇ ਫਿਰ ਇੱਥੋਂ ਲੈ ਕੇ ਜਾਂਦੇ। ਅਸੀਂ ਇਹ ਜਾਣਾ ਪੁੱਛਣਾ ਚਾਹੁੰਦੇ ਹਾਂ ਕਿ ਵੀ ਇਹ ਕੋਈ ਜਗ੍ਹਾ ਇੱਥੇ ਡੰਪ ਹੈਗਾ, ਕਿ ਇੱਥੇ ਕੂੜੇ ਦਾ ਡੰਪ ਹੈ ਜਿਹੜਾ ਇੱਥੇ ਸਾਰਾ ਲੋਡ ਅਨਲੋਡ ਹੋਣਾ? ਬਹੁਤ ਬੁਰਾ ਹਾਲ ਹੈ ਸਰ, ਕੁਛ ਡਾਲ ਜਾਤੇ ਹੈ, ਗੰਦਗੀ ਬਹੁਤ ਹੋਤੀ ਹੈ, ਇਸਮੇ ਬਦਬੂ ਬਦਬੂ ਮਾਰਤਾ ਹੈ, ਯੇ ਬਹੁਤ ਬਹੁਤ ਮੁਸ਼ਕਿਲ ਹੋਤੀ ਹੈ, ਕਿਆ ਕੀਆ ਜਾਏਗਾ, ਕਿਸੀ ਤਰ੍ਹਾਂ ਸੇ ਪਰੇਸ਼ਾਨੀ ਤੋ ਝੱਲਣਾ ਹੀ ਪੜਤਾ ਹੈ। ਲੇਕਿਨ ਬਿਮਾਰੀ ਕਾ ਪਤਕਾ ਯਹੀ ਹੈ, ਜੜ ਬਿਮਾਰੀ ਕਾ ਹੀ ਹੈ, ਗੰਦਗੀ ਸੇ ਹੀ ਬਿਮਾਰੀ ਹੋਤੀ ਹੈ। ਮੰਗ ਤੋ ਅਭੀ ਕਿਆ ਕਰੇਂਗੇ ਲੋਕ, ਕਿ ਇਸਕੋ ਹਟਵਾਓ, ਕਹੀਂ ਔਰ ਸੁਰੱਖਿਅਤ ਜਗ੍ਹਾ ਰੱਖੋ। ਇੱਕ ਪਾਸੇ ਤਾਂ ਅੰਮ੍ਰਿਤਸਰ ਨਗਰ ਨਿਗਮ ਸ਼ਹਿਰ ਦੀ ਬਿਹਤਰ ਸਫਾਈ ਦਾ ਦਾਅਵਾ ਕਰਦੀ, ਪਰ ਜੇਕਰ ਦੇਖਿਆ ਜਾਵੇ ਕਿ ਬਟਾਲਾ ਰੋਡ 'ਤੇ ਜਿਹੜਾ ਐਲੀਵੇਟਡ ਪੁਲ ਹੈ ਉਹਦੇ 100 ਨੰਬਰ ਜਿਹੜਾ ਪਿੱਲਰ ਹੈ ਉਹਦੇ ਸਾਹਮਣੇ ਗੰਦਗੀ ਦਾ ਬੁਰਾ ਹਾਲ ਹੈ। ਲੋਕਾਂ ਦਾ ਆਖਣਾ ਹੈ ਕਿ ਕਾਰਪੋਰੇਸ਼ਨ ਦੇ ਲੋਕਾਂ ਵੱਲੋਂ ਇੱਥੇ ਇੱਕ ਪਰਮਾਨੈਂਟ ਡੰਪ ਲਗਾ ਦਿੱਤਾ ਗਿਆ ਹੈ, ਜਿਸ ਦਾ ਕਾਫੀ ਮੁਸ਼ਕਿਲਾਂ ਵੱਧ ਰਹੀਆਂ ਨੇ। ਲੋਕਾਂ ਦਾ ਆਖਣਾ ਕਿ ਜੇਕਰ ਇਸ ਨੂੰ ਨਾ ਹਟਾਇਆ ਗਿਆ ਤਾਂ ਕਿਸੇ ਨਾ ਕਿਸੇ ਬਿਮਾਰੀ ਫੈਲਣ ਦਾ ਵੀ ਡਰ ਹੈ। ਹੁਣ ਦੇਖਣਾ ਹੋਵੇਗਾ ਕਿ ਲੋਕਾਂ ਦੀ ਇਹ ਮੁਸ਼ਕਿਲ ਨਗਰ ਨਿਗਮ ਕਦ ਦੂਰ ਕਰੇਗਾ। ਕੈਮਰਾਮੈਨ ਨਿਰਸ਼ ਕੁਮਾਰ ਨਾਲ ਸੰਦੀਪ ਸਿਆਲ, ਫਸਟ ਨਿਊਜ਼ ਅੰਮ੍ਰਿਤਸਰ।